ਮੱਧ ਪ੍ਰਦੇਸ਼ 'ਚ ਇੰਦੌਰ ਦੇ ਇੱਕ ਯੋਗਾ ਕੇਂਦਰ 'ਚ ਦੇਸ਼ ਭਗਤੀ ਗੀਤ 'ਤੇ ਪਰਫਾਰਮ ਕਰ ਰਹੇ ਸ਼ਖਸ ਨੂੰ ਅਚਾਨਕ ਅਟੈਕ ਆ ਗਿਆ। ਇਹ ਤਸਵੀਰਾਂ ਉਸੇ ਪ੍ਰੋਗਰਾਮ ਦੀਆਂ ਨੇ। ਮ੍ਰਿਤਕ ਦੀ ਪਹਿਚਾਣ ਬਲਵੀਰ ਸਿੰਘ ਵਜੋਂ ਹੋਈ ਹੈ। ਜਦੋਂ ਅਚਾਨਕ ਸਟੇਜ 'ਤੇ ਡਿੱਗਦੇ ਨੇ ਤਾਂ ਸਾਹਮਣੇ ਬੈਠੇ ਲੋਕ ਉਹਨਾਂ ਦੀ ਪਰਫਾਰਮੈਂਸ ਦਾ ਹਿੱਸਾ ਮੰਨ ਕੇ ਤਾੜੀਆਂ ਵਜਾਉਂਦੇ ਰਹੇ। ਤਿਰੰਗਾ ਦੂਜੇ ਸ਼ਖਸ ਨੇ ਚੁੱਕਿਆ ਹੋਇਆ ਸੀ ਅਤੇ ਉਹ ਤਿਰੰਗਾ ਲਹਿਰਾਉਂਦਾ ਰਿਹਾ। ਗੀਤ ਖਤਮ ਹੋਣ ਤੋਂ ਬਾਅਦ ਬਾਕੀ ਲੋਕ ਸਟੇਜ 'ਤੇ ਡਿੱਗੇ ਸ਼ਖਸ ਕੋਲ ਪਹੁੰਚੇ ਕਿਉਂਕਿ ਕੋਈ ਰਿਸਪੋਂਸ ਨਹੀਂ ਦੇ ਰਹੇ ਸੀ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।